ਮਲੇਰਕੋਟਲਾ ਦੇ ਮੁਸਲਮਾਨ ਜਿੱਥੇ ਹੀ ਕਿਸਾਨ ਵੀਰਾਂ ਨਾਲ ਮੋਢਾ ਲਾ ਕੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇ ਰਹੇ ਹਨ, ਉੱਥੇ ਹੀ ਮਲੇਰਕੋਟਲਾ ਦੇ ਮੁਸਲਮਾਨ ਅਲੱਗ ਅਲੱਗ ਜਗ੍ਹਾ ਉੱਪਰ ਕਿਸਾਨਾਂ ਦੇ ਲਈ ਸਟਾਲਾਂ ਲਗਾ ਰਹੇ ਹਨ। ਇਹ ਸਟਾਲ ਮਲੇਰਕੋਟਲਾ ਦੀ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਐਡਵੋਕੇਟ ਮੁਬੀਨ ਫਾਰੂਕੀ ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਸ ਤੋਂ ਬਾਅਦ ਹੁਣ ਦੇਖਦੇ ਹਾਂ ਲੱਖਾ ਸਿੰਘਾਣਾ ਨੇ ਕੀ ਕਿਹਾ ਮੁਸਲਿਮ ਵੀਰਾਂ ਅਤੇ ਬਾਹਰ ਬੈਠੇ ਪੰਜਾਬੀ ਵੀਰਾਂ ਨੂੰ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਦਿਲਦਾਰ ਹੁਸੈਨ, ਦਿਲਦਾਰ ਗਲੋਬਲ ਨਿਊਜ਼, ਮਲੇਰਕੋਟਲਾ। ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਡੇ ਗੁਰੂ ਨਾਨਕ ਦੇਵ ਜੀ, ਸਾਡੇ ਪਹਿਲੇ ਗੁਰੂਆਂ ਦੇ ਗੁਰਪ੍ਰਕਾਸ਼ ਦੀ ਸਾਰੀ ਸਮੁੱਚੀ ਮਨੁੱਖਤਾ ਨੂੰ ਵਧਾਈ ਦੇਣਾ। ਅਤੇ ਮਹਾਰਾਜ ਕੇ ਅਰਦਾਸ ਕਰਦਾ, ਜਿਸ ਤਰ੍ਹਾਂ ਸਾਡੀਆਂ ਕਿਸਾਨ ਜਥੇਬੰਦੀਆਂ ਅਤੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਚੱਲੇ ਹੋਏ ਨੇ, ਜਿਹੜੇ ਮਿਸ਼ਨ ਲੈ ਕੇ ਚੱਲੇ ਨੇ, ਆਪਾਂ ਉਹਦੇ ਫਤਿਹ ਪਾ ਕੇ ਤੁਰ ਜਾਈਏ। ਅੱਛਾ ਜੀ, ਗੱਲ ਇਹ ਆ ਭਰਾਵੋ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਜਾਂ ਪੰਜਾਬ ਆਪਣੇ ਹੱਕਾਂ ਲਈ, ਆਪਣੀ ਹੋਂਦ ਲਈ ਲੜ ਰਿਹਾ ਅਤੇ ਦਿੱਲੀ ਦੀ ਹਿੱਕ 'ਤੇ ਚੜਿਆ ਬੈਠਾ, ਹਰਿਆਣੇ ਵਾਲੇ ਵੀ ਸਾਡੇ ਭਰਾ, ਹੋਰ ਸੂਬਿਆਂ ਦੇ ਵੀ ਸਾਡੇ ਭਰਾ ਜਿਹੜੇ ਹੈਗੇ ਨੇ, ਉਹ ਸਾਰੇ ਰਲ ਮਿਲ ਕੇ ਸੰਘਰਸ਼ ਲੜ ਰਹੇ ਆ, ਜਿਹਦੀ ਅਗਵਾਈ ਪੰਜਾਬ ਕਰ ਰਿਹਾ। ਅਤੇ ਜਿਹੜੀ ਬੜੀ ਖਾਸ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਭਰਾ ਨੇ, ਬਹੁਤ ਵੱਡਾ ਸਹਿਯੋਗ ਆ ਉਹਨਾਂ ਦਾ, ਹੱਲਾਸ਼ੇਰੀ ਆ ਉਹਨਾਂ ਦੀ। ਉਹਨਾਂ ਨੇ ਵੀ ਕਈ ਮਾਰਚ ਵਗੈਰਾ ਸ਼ੁਰੂ ਕੀਤੇ ਆ ਉੱਥੇ। ਮੈਨੂੰ ਅੱਜ ਮੇਰੇ ਨਾਲ ਦੇ ਇੱਕ ਸਾਥੀ ਨੂੰ ਫੋਨ ਆਇਆ ਸਵੇਰੇ ਕਿਸੇ ਵੀਰ ਦਾ ਬਾਹਰਲੇ ਦਾ, ਕਿ ਬਾਈ ਅਸੀਂ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ 500-600 ਜਿਹੜਾ ਉਹਨਾਂ ਕੋਲ ਟਰਾਲਾ ਹੈਗਾ ਉਹਦੇ ਰਾਹੀਂ ਅਸੀਂ ਮਾਰਚ ਆ ਜਿਹੜਾ ਕਰ ਰਹੇ ਹਾਂ। ਉੱਥੋਂ ਜਿਹੜੇ ਆਪਣੇ MP ਨੇ ਪੰਜਾਬੀ, ਉਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ, ਉਹਨਾਂ ਨੇ ਹੈਸ਼ਟੈਗ ਚਲਾਏ ਨੇ ਟਵਿੱਟਰ ਦੇ ਉੱਤੇ ਜਾਂ ਹੋਰ, ਤਾਂ ਇਹ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਨਾਲ ਉਹ ਸਹਿਯੋਗ ਜਿਹੜੇ ਬਾਹਰ ਬੈਠੇ ਵੀ ਕਰ ਰਹੇ ਆ, ਉਹਨਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਵਧੀਆ ਗੱਲ ਹੈ। ਮੇਰੀ ਇੱਕ ਸਵੇਰੇ ਅੱਜ ਇੱਥੇ ਮੁਸਲਮਾਨ ਭਰਾ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਯਾਰ ਅਸੀਂ ਗਿਣਤੀ 'ਚ ਥੋੜ੍ਹੇ ਹਾਂ, ਤੁਸੀਂ ਸਾਡੇ ਨਾਲੋਂ ਬਹੁਤ ਜ਼ਿਆਦਾ ਹਾਂ, ਜੇ ਆਪਾਂ ਭਾਰਤ ਦੀ ਗੱਲ ਕਰਾਂਗੇ ਤਾਂ। ਪਰ ਤੁਹਾਡੇ ਕੋਲੋਂ ਇਸ ਤਰ੍ਹਾਂ ਸੰਘਰਸ਼ ਨੇ ਜਿਹੜੇ ਉਹਨਾਂ ਨੂੰ ਸਿਖਰਾਂ 'ਤੇ ਨਹੀਂ ਲਿਜਾਇਆ ਗਿਆ, ਜਿੰਨੇ ਵੀ ਹੁਣ ਤੱਕ ਤੁਸੀਂ, ਚਾਹੇ ਸ਼ਹੀਨ ਬਾਗ ਦਾ ਮੋਰਚਾ ਹੋਵੇ ਜਾਂ ਹੋਰ ਮੋਰਚੇ ਹੋ। ਤਾਂ ਉਹਨੇ ਮੈਨੂੰ ਗੱਲ ਕਹੀ, ਕਹਿੰਦਾ ਬਾਈ ਸਾਡੇ ਅਤੇ ਤੁਹਾਡੇ 'ਚ ਇਹ ਫਰਕ ਹੈ ਕਿ ਤੁਹਾਡੇ ਵਾਲਾ ਕਿਤੇ ਵੀ ਬੈਠਾ ਹੋਵੇ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ, ਉਹਨੂੰ ਪਤਾ ਲੱਗ ਜਾਵੇ ਵੀ ਸਾਡੀ ਕੌਮ, ਸਾਡੇ ਪੰਜਾਬੀ ਸੰਘਰਸ਼ ਕਰ ਰਹੇ ਨੇ, ਤਾਂ ਕਹਿੰਦਾ ਉੱਥੋਂ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗਦਾਨ ਪਾਊਗਾ। ਬਹੁਤ ਵਧੀਆ ਗੱਲ ਹੈ। ਸੋ ਇਹ ਸਾਡੇ ਬਾਰੇ ਇੱਕ ਧਾਰਨਾ ਹੈਗੀ ਆ ਲੋਕਾਂ ਦੇ ਵਿੱਚ, ਦੁਨੀਆਂ ਦੇ ਵਿੱਚ, ਕਿ ਇਹ ਕੌਮ ਬੇਸ਼ੱਕ ਖਿਲਰੀ ਰਵੇ ਆਸਮੇ ਰੋਜ਼, ਚਾਹੇ ਛਤਰੀ ਹੁੰਦੀ ਹੋਵੇ, ਪਰ ਜਿੱਦੇ ਕੌਮ 'ਤੇ ਕੋਈ ਵਿਪਤਾ ਪੈਂਦੀ ਹੈ, ਭੀੜ ਪੈਂਦੀ ਹੈ, ਉਦੇ ਇਹ ਇਕੱਠੇ ਹੁੰਦੇ। ਇਹ ਸਾਡਾ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਹੈਗਾ ਦੁਨੀਆਂ ਦੇ ਵਿੱਚ। ਮੈਂ ਜਿਹੜੀ ਗੱਲ ਅੱਜ ਕਰਨੀ ਆ ਉਹ ਇਹ ਹੈ ਕਿ ਯਾਰ ਦੇਖੋ, ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ, ਕਈ ਮੈਨੂੰ ਫੋਨ ਆਏ, ਮੇਰੇ ਨਾਲ ਦਿਆਂ ਨੂੰ ਫੋਨ ਆਏ ਕਿ ਬਾਈ ਅਸੀਂ ਸੇਵਾ ਭੇਜਣੀ ਚਾਹੁੰਦੇ ਹਾਂ, ਅਸੀਂ ਕੋਈ ਫੰਡ ਭੇਜਣਾ ਚਾਹੁੰਦੇ ਹਾਂ। ਪਹਿਲਾਂ ਤਾਂ ਅਸੀਂ ਆਪਣੇ ਬਾਰੇ ਦੱਸ ਦਈਏ ਭਰਾਵੋ ਵੀ ਸਾਨੂੰ ਕਿਸੇ ਪ੍ਰਕਾਰ ਦੇ ਕੋਈ ਪੈਸੇ ਦੀ ਲੋੜ ਨਹੀਂ, ਕੱਪੜੇ ਸਾਡੇ ਕੋਲ ਆ, ਟਰਾਲੀਆਂ ਸਾਡੇ ਕੋਲ ਆ, ਲੰਗਰ ਇੱਥੇ ਹੈਗੇ, ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ। ਹਾਂ, ਦੂਜੀ ਗੱਲ ਮੈਂ ਜਿਹੜੀ ਗੱਲ ਕਰਦਾ, ਮੈਨੂੰ ਇੱਕ ਉਹ ਦਿਖਾਈ ਮਾੜਾ ਜਿਹਾ, ਤਰ੍ਹਾਂ ਤਰ੍ਹਾਂ ਦੇ ਉੱਧਰ ਹੁਣ ਦੇਖੋ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਹੁੰਦੇ ਨਾ, ਇਸ ਤਰ੍ਹਾਂ ਦੇ ਜਿਹੜੇ ਲੜਾਈਆਂ ਅੰਦੋਲਨ
ਜੰਗਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਿਰ ਇਹ ਨਾਲ ਦੀ ਨਾਲ ਜਿਹੜੇ ਚੋਰ ਲੁਟੇਰੇ ਨੇ ਉਹ ਖੜ੍ਹੇ ਹੋ ਜਾਂਦੇ ਨੇ ਕਿ ਕਿਵੇਂ ਲੋਕਾਂ ਨੂੰ ਲੁੱਟਣਾ। ਤਾਂ ਉਹਦੇ 'ਚ ਨਾ ਇਹਨਾਂ ਨੇ ਹੁਣ ਮੇਰਾ ਵੀਰੇ ਖਿਆਲ ਰੱਖਿਓ ਕਿ ਆਹ ਨਾ ਕੋਈ ਬਣਾ ਲਿਆ ਇਹਨਾਂ ਨੇ ਲੰਗਰ ਸੇਵਾ ਫਾਰ ਪੰਜਾਬ ਫਾਰਮਰ ਸਕਰੀਨ ਤੇ ਪ੍ਰੋਟੈਸਟ ਇਹ ਬਣਾ ਕੇ ਤੇ ਇਹ ਹੁਣ ਪਤਾ ਨਹੀਂ ਹੈ ਆਪਣਾ ਇਹਨਾਂ ਨੇ ਥੱਲੇ ਜਿਹੜਾ ਖਾਤਾ ਨੰਬਰ ਦਿੱਤਾ ਪੈਸੇ ਵੀ ਪਤਾ ਨੀ 11,000 ਡਾਲਰ ਦਾ ਉਹਨਾਂ ਨੇ ਦਿੱਤਾ ਤੇ 11,184 ਜਿਹੜੇ ਉਹਨਾਂ ਨੇ ਇਕੱਠੇ ਕਰ ਲਏ ਆ। ਤਾਂ ਇਹ ਪਤਾ ਨੀ ਹੈ ਕੌਣ ਸੱਜਣਾ ਕੀ ਹੈ। ਸੋ ਇਹੋ ਜਿਹੇ ਤੁਹਾਨੂੰ ਬਹੁਤ ਮਿਲਣਗੇ ਭਰਾਵੋ ਬਹੁਤ ਸਾਰੇ। ਹੁਣ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਥਾਂ ਥਾਂ ਤੇ ਇਹੋ ਜਿਹੇ ਪੇਜ ਬਣਾ ਕੇ ਉਹਨਾਂ ਦੇ ਫਿਰ ਕਿਸਾਨਾਂ ਦੀਆਂ ਵੀਡੀਓ ਕਿਸਾਨਾਂ ਦੀਆਂ ਫੋਟੋਆਂ ਸੰਘਰਸ਼ ਕਰਦਿਆਂ ਦੀਆਂ ਕਿਉਂਕਿ ਕਿਹੜੇ 60 ਫੀਟ ਵੱਜੀ ਆ ਕੋਈ ਕਿਹੜੇ ਵਿਸ਼ਾਲਾਂ ਵੱਜੀਆਂ ਜਾਂਦੀਆਂ ਨੇ ਉਹ ਸਾਰਾ ਫਿਰ ਭਾਵਕ ਕਰਕੇ ਸਾਡੇ ਲੋਕਾਂ ਨੂੰ ਕਹਿਣਗੇ ਆ ਦੇਖੋ ਜੀ ਅਸੀਂ ਪੈਸਾ ਇਕੱਠਾ ਕਰਕੇ ਕਿਸਾਨਾਂ ਨੂੰ ਭੇਜ ਰਹੇ ਹਾਂ। ਸਰ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਠੀਕ ਹੈ ਤੁਸੀਂ ਮਦਦ ਕਰਨਾ ਚਾਹੁੰਦੇ ਆ ਪਰ ਤੁਹਾਡੀ ਮਦਦ ਤੁਹਾਡਾ ਮਿਹਨਤ ਨਾਲ ਬਣਾਈ ਹੋਈ ਤੁਹਾਡੇ ਪੈਸੇ ਇੱਥੇ ਤੁਹਾਡੇ ਕੁਝ ਗਲਤ ਹੱਥਾਂ ਜਾਣ ਜਾਂ ਤੁਹਾਨੂੰ ਉਹੀ ਲੋਕ ਲੁੱਟ ਜਾਣ ਸਹੀ ਜਗ੍ਹਾ ਤੁਹਾਡਾ ਕੋਈ ਪੈਸਾ ਪਹੁੰਚੇ ਨਾ ਲੱਗੇ ਨਾ ਅਰਥ। ਤਾਂ ਇਸ ਕਰਕੇ ਤੁਹਾਨੂੰ ਮੇਰੀ ਬੇਨਤੀ ਕਰਦੇ ਹਾਂ ਕਿ ਜੇ ਭੇਜਣਾ ਵੀ ਚਾਹੁੰਦੇ ਆ ਕੋਈ ਜਿਹੜੇ ਅਕਾਊਂਟ ਅਕੂੰਟ ਬਣਾਉਂਦੇ ਨੇ ਕੋਈ ਤੁਹਾਨੂੰ ਕਹਿੰਦੇ ਅਸੀਂ ਫਲਾਣੇ ਥਾਂ ਭੇਜਣੇ ਅਸੀਂ ਇਕੱਠੇ ਕਰਨੇ ਆ ਕਿ ਸਾਨੂੰ ਦੁੱਖੀ ਨਾ ਦਿਓ ਭਰਾਓ। ਜੇ ਕਰਨਾ ਜੋ ਕੋਈ ਭੇਜਣਾ ਚਾਹੁੰਦੇ ਆਪਣੇ ਪਿੰਡਾਂ ਤੁਹਾਡੇ ਪਿੰਡ ਹੈਗੇ ਨੇ ਇੱਧਰ ਤੁਹਾਡੇ ਰਿਸ਼ਤੇਦਾਰ ਹੋਣਗੇ ਤੁਹਾਡੇ ਪਰਿਵਾਰ ਦੇ ਮੈਂਬਰ ਹੋਣਗੇ ਤੁਹਾਡੇ ਕੋਈ ਖਾਸ ਸੱਜਣ ਵੇਲੀ ਹੋਣਗੇ ਉਹਨਾਂ ਨੂੰ ਕਹੋ ਕਿ ਭਾਈ ਅਸੀਂ ਭੇਜ ਰਹੇ ਹਾਂ ਅਤੇ ਗਾਹਾਂ ਕਿਹਨੂੰ ਦੇਣੇ ਹੈ ਇਹ ਵੀ ਦੇਖ ਲਿਓ ਜਿਹੜੇ ਕਿਰਦਾਰਾਂ ਦੇ ਬੰਦੇ ਨੇ ਕਿਹਨਾਂ ਨੂੰ ਦੇਣੇ ਹੈ ਕਿਹੜੀ ਕਿਸੇ ਜਥੇਬੰਦੀ ਨੂੰ ਦੇਣੇ ਹੈ ਕਿਵੇਂ ਦੇਣੇ ਹੈ ਕਿਸੇ ਲੰਗਰ 'ਚ ਪਾ ਕੇ ਆਉਣੇ ਹੈ ਕਿਸੇ ਦਵਾਈਆਂ ਦੇ ਉੱਤੇ ਤੁਸੀਂ ਖਰਚਾ ਕਰਨਾ ਕਿਹੜੇ ਕੰਮ 'ਤੇ ਕਰਨਾ ਤੁਹਾਡੇ ਕੋਲ ਇਹ ਸਾਰਾ ਪਤਾ ਤੁਹਾਨੂੰ ਹੋਣਾ ਚਾਹੀਦਾ ਕਿ ਅਸੀਂ ਇੱਕ ਇੱਕ ਪੈਸਾ ਸਾਡਾ ਸਹੀ ਅਰਥ 'ਤੇ ਜਾ ਕੇ ਲੱਗ ਗਿਆ। ਸੋ ਇਹੀ ਮੇਰੀ ਬੇਨਤੀ ਆ ਕਿ ਦੇਖਿਓ ਯਾਰ ਤੁਸੀਂ ਮੈਨੂੰ ਪਤਾ ਕਿ ਹਰ ਵਾਰ ਪੰਜਾਬੀ ਜਦੋਂ ਕੋਈ ਨਾ ਕੋਈ ਲਹਿਰ ਚੱਲਦੀ ਆ ਪੰਜਾਬ ਦੇ ਵਿੱਚੋਂ ਤਾਂ ਬਹੁਤ ਯੋਗਦਾਨ ਬਾਹਰਲੇ ਭਰਾਵਾਂ ਦਾ ਹੁੰਦਾ ਹਰ ਪਾਸੋਂ ਤੁਹਾਡਾ ਯੋਗਦਾਨ ਹੈ ਬਹੁਤ ਮਿਹਰਬਾਨੀ ਪਰ ਇੱਥੇ ਖਤਾ ਨਾ ਖਾ ਜਾਓ ਮੇਰਾ ਵੀਰ ਜਿਹੜਾ ਪੈਸਾ ਪਹੁੰਚਾਉਣਾ ਸਿੱਧੇ ਪਹੁੰਚਾਓ ਅਗਲੇ ਵੀਰ ਜਿਹਦੇ ਕੋਲ ਪਹੁੰਚਾਉਣੇ ਆ ਸਨ 'ਚ ਨਾ ਲੁੱਟੇ ਜਾਇਓ। ਮੈਂ ਫਿਰ ਮੇਰੀ ਬੇਨਤੀ ਕਰਦਾ ਵੀ ਮੇਰੇ ਨਾਂ ਦੇ ਉੱਤੇ ਅਸੀਂ ਨਾ ਸਾਨੂੰ ਲੋੜ ਆ ਬਹੁਤ ਤੁਹਾਡਾ ਹੌਂਸਲਾ ਸਾਡੇ ਨਾਲ ਹੈ ਹੌਂਸਲਾ ਅਫਜਾਈ ਕਰਦੇ ਤੁਹਾਡਾ ਧੰਨਵਾਦ ਆ ਨਾ ਲੋੜ ਆ ਜਦੋਂ ਲੋੜ ਹੋਈ ਉਦੋਂ ਤੁਹਾਨੂੰ ਕਹਿ ਦਾਂਗੇ। ਮੈਂ ਕੋਈ ਵੀ ਕਈ ਵਾਰੀ ਕੀ ਹੁੰਦਾ ਮੇਰੇ ਨਾਲ ਬਹੁਤ ਮੁੰਡੇ ਫਿਰਦੇ ਹੁੰਦੇ ਨੇ ਕੋਈ ਮੇਰੇ ਨਾਲ ਫੋਟੋ ਕਰਾ ਗਿਆ ਕੋਈ ਮੇਰੇ ਨਾਲ ਵੀਡੀਓ 'ਚ ਫਿਰਦਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹੁੰਦਾ ਤੁਸੀਂ ਕਹਿ ਦਿਓ ਵੀ ਯਾਰ ਸਾਨੂੰ ਫਲਾਣੇ ਉਹ ਬਾਈ ਦੇ ਨਾਲ ਹੁੰਦਾ ਲੱਖੇ ਨਾਲ ਹੁੰਦਾ ਉਹਦਾ ਫੋਨ ਆਇਆ ਜਾਂ ਉਹ ਨਾਲ ਹੀ ਹੋਊਗਾ ਤਾਂ ਨਹੀਂ। ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਮੈਂ ਜਦੋਂ ਕੋਈ ਵੀ ਕਿਸੇ ਪ੍ਰਕਾਰ ਦੀ ਗੱਲਬਾਤ ਤਾਂ ਮੈਂ ਮੁਖਾਤਮ ਹੋਊਂਗਾ ਮੇਰੀ ਸ਼ਕਲ ਦੇਖ ਕੇ ਫਿਰ ਗੱਲ ਕਰਿਓ ਸਾਨੂੰ ਕਿਸੇ ਪ੍ਰਕਾਰ ਦੀ ਸਾਡੇ ਨਾਂ 'ਤੇ ਕੋਈ ਬੰਦਾ ਕਰਦਾ ਸਾਡੇ ਧਿਆਨ 'ਚ ਵੀ ਲਿਆਓ ਸਾਨੂੰ ਕਿਸੇ ਪ੍ਰਕਾਰ ਦੀ ਲੋੜ ਨਹੀਂ ਜਿਹਨੂੰ ਤੁਸੀਂ ਦੇਣਾ ਚਾਹੁੰਦੇ ਹੋ ਸਹੀ ਜਗ੍ਹਾ ਪੈਸਾ ਅਤੇ ਉਹ ਆਪਣਾ ਸਿੱਧਾ ਪਹੁੰਚਾਓ ਆਪਣੇ ਪਿੰਡਾਂ ਰਾਹੀਂ। ਹੋਰ ਇਹ ਤੋਂ ਇਲਾਵਾ ਕੋਈ ਗੱਲਬਾਤ ਭਾਅ ਜੀ ਮੈਂ ਲੱਖੇ ਬਾਈ ਦਾ ਧੰਨਵਾਦ ਕਰਦਾ ਜਿਹੜਾ ਇੰਨੇ ਯੂਥ ਨੂੰ ਲੀਡ ਕਰਦਾ ਪਿਆ ਇਹਦੀ ਨਾ ਕੋਈ ਤਨਖਾਹ ਲੱਗੀ ਆ ਨਾ ਕੋਈ ਪੈਨਸ਼ਨ ਲੱਗੀ ਆ ਇਹ ਵੀ ਸਾਡੇ ਵਰਗੇ ਜੱਟ ਪਰਿਵਾਰਾਂ 'ਚੋਂ ਉੱਠ ਕੇ ਆਇਆ ਠੀਕ ਆ ਇਹ ਪਰ ਇੰਨਾ ਸਾਨੂੰ ਇਹਦਾ ਧੰਨਵਾਦ ਵੀ ਆ ਇਹਨੇ ਸਾਨੂੰ ਯੂਨਾਈਟ ਵੀ ਕੀਤਾ ਔਰ ਮੈਂ ਸਭ ਤੋਂ ਵੱਡੀ ਗੱਲ ਇਹ ਗਿਣਦਾ ਕਿ ਇੱਕ ਪੋਲਸੀ ਮੇਕਰ ਵੀ ਆ ਕਿ ਆਪਾਂ ਕੰਮ ਕਿੱਦਾਂ ਕਰਨਾ ਬਿਲਕੁਲ ਸਹੀ ਗੱਲ ਆ। ਕਈ ਆਪਣੇ ਜਥੇਬੰਦੀਆਂ ਕਹਿੰਦੀਆਂ ਸੀ ਵੀ ਆਪਾਂ ਮੈਦਾਨ 'ਚ ਚੱਲ ਜਾਈਏ ਜਾਂ ਕਿੱਦਾਂ ਚੱਲ ਜਾਈਏ ਮੈਨੂੰ ਬਾਈ ਦੀ ਗੱਲ ਬਹੁਤ ਵਧੀਆ ਲੱਗੀ ਕਿ ਜੇ ਦਿੱਲੀ ਦੀਆਂ ਨਾਸਾਂ ਤਾਂ ਹੀ ਬੰਦ ਹੋਣਗੀਆਂ ਜੇ ਰਸਤੇ ਬੰਦ ਹੋਣਗੇ ਠੀਕ ਆ
ਤੇ ਇਹ ਸੰਘਰਸ਼ ਹੁਣ ਆਪਾਂ ਉੱਥੋਂ ਲੱਕ ਬੰਨ ਕੇ ਤੁਰੇ ਹਾਂ ਵੀ ਜੋ ਵੀ ਹੋਊਗਾ ਹੰਨੇ ਜਾਂ ਬੰਨੇ। ਪੰਜਾਬੀ ਦੀ ਕਹਾਵਤ ਆ, ਇਹੀ ਗੱਲ ਆ। ਹੁਣ ਮੋਦੀ ਨੇ ਅੱਜ ਮੈਂ ਫੇਸਬੁੱਕ 'ਤੇ ਵੈਸੇ ਵੇਖਦਾ ਪਿਆ ਵੀ ਆਪਣੇ ਭਰਾ ਕੀ ਕਰਦੇ ਪਏ ਆਉਂਦੇ ਪਏ ਸੀ, ਉਹਦੀ ਅੱਜ ਇੱਕ ਲਾਈਵ ਚੱਲੀ, ਪਤਾ ਨਹੀਂ ਮੇਰੇ ਕਿੰਨੇ ਭਰਾਵਾਂ ਨੇ ਵੇਖੀ ਜਾਂ ਨਹੀਂ ਵੇਖੀ, ਪਰ ਉਹਨੇ ਅੱਜ ਫਿਰ ਇੱਕ ਨਵਾਂ ਝੂਠ ਦਾ ਆਪਣੇ ਮੂੰਹੋਂ ਕਹਿੰਦੇ ਜੁਮਲੇ ਛੱਡਦੇ ਆ। ਕਹਿੰਦਾ ਵੀ ਇਹ ਜਿਹੜੀਆਂ ਕਈ ਸਰਕਾਰਾਂ ਕਈ ਕਿਸਾਨੀ ਲੀਡਰਾਂ ਨੂੰ ਇਹ ਨਹੀਂ ਪਚ ਰਿਹਾ ਵੀ ਜਿਹੜੇ ਬਜਟਾਂ ਨੂੰ ਪੈਸੇ ਦੇਣੇ ਆ ਉਹਨਾਂ ਤੱਕ ਪਹੁੰਚਣ। ਇਹਦਾ ਕਹਿਣ ਤੋਂ ਭਾਵ ਇਹ ਆ ਕਿ ਕੋਈ 15-20% ਬੰਦਿਆਂ ਦੇ ਮਨ 'ਚ ਇਹ ਗੱਲ ਤਾਂ ਪੈ ਜੇ ਵੀ ਜਿਹੜੇ ਸਾਨੂੰ ਲੀਡ ਕਰ ਰਹੇ ਆ ਸ਼ਾਇਦ ਸਾਨੂੰ ਮਿਸਗਾਈਡ ਕਰ ਰਹੇ ਆ। ਇੱਦਾਂ ਦੀ ਕੋਈ ਗੱਲ ਨਹੀਂ ਜੇ ਹੈਗੀ, ਠੀਕ ਆ। ਮੋਦੀ ਦਾ ਭੁਲੇਖਾ ਸੀ, ਇਹਨੇ ਜਮਾਇਆ ਜੰਮੂ ਅਤੇ ਇਹਨੇ ਜਮਾਇਆ ਨੋਟਬੰਦੀ, ਅਸੀਂ ਜਰ ਗਏ। ਉਹ ਸਾਡੀ ਹੋਣ ਦੀ ਗੱਲ ਨਹੀਂ ਸੀ ਹੈਗੀ, ਜੇ ਨੋਟਬੰਦੀ ਦੀ ਗੱਲ ਸੀ, ਕਰੰਸੀ ਦੀ ਗੱਲ ਸੀ, ਸਾਰਿਆਂ ਵਾਸਤੇ ਸੀ, ਸਾਡੇ ਪੰਜਾਬ ਦੀ ਅਣਖ ਦੀ ਗੱਲ ਨਹੀਂ ਸੀ, ਸਾਡਾ ਪੰਜਾਬ ਖਤਮ ਨਹੀਂ ਸੀ ਹੋਣ ਲੱਗਿਆ। ਉਹਨਾਂ ਜਿਹੜਾ ਇਹਨੇ ਆਹ ਕਾਨੂੰਨ ਪਾਸ ਕਰਤਾ ਲੱਖਾ ਬਾਈ ਦਾ ਇੰਨੇ ਚਿਰ ਦਾ ਸਮਝਾਉਂਦਾ ਪਿਆ, ਮੇਰੇ ਖਿਆਲ ਜਿਹੜਾ ਇਹਨੇ ਆਹ ਕਾਨੂੰਨ ਪਾਸ ਕਰਤਾ ਨਾ, ਇਹਦਾ ਸਾਡੀ ਹੋਂਦ, ਸਾਡੀ ਅਣਖ, ਸਾਡੀ ਜ਼ਮੀਰ, ਸਾਡੀ ਇਕਨੋਮਿਕ, ਸਾਡਾ ਸੋਸ਼ਲ, ਸਾਡਾ ਮੋਰਲ। ਮੈਂ ਇੱਕ ਐਡਵੋਕੇਟ ਹਾਂ, ਠੀਕ ਹੈ ਜੀ, ਮੈਂ ਬਟਾਲੇ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਮੇਰਾ ਗੁਰਦਾਸਪੁਰ ਆ, ਹਰਪ੍ਰੀਤ ਸਿੰਘ ਪੱਡਾ, ਸਭ ਕੁਛ ਹੀ ਇਹਨਾਂ ਖਤਮ ਹੋਊਗਾ, ਠੀਕ ਆ। ਇਸ ਕਰਕੇ ਬਾਈ ਜੀ ਇਹੋ ਹੀ ਅਪੀਲ ਆ ਸਾਰਿਆਂ ਨੂੰ, ਜਿਹੜੇ ਮੇਰੇ ਆਪਣਾ ਆੜ੍ਹਤੀ ਭਰਾ ਜਾਂ ਦੂਜੇ ਘਰ ਬੈਠੇ ਨੇ, ਇਹ ਨਾ ਕਹੋ ਵੀ ਸਾਡੇ ਜਾਣ ਨਾਲ ਉੱਥੇ ਕੀ ਫਰਕ ਪੈਣ ਲੱਗਾ। ਬਾਈ ਫਰਕ ਬਹੁਤ ਪੈਂਦਾ ਜੀ, ਇੱਕ ਜਾਣੇ ਦੇ ਆਉਣ ਨਾਲ ਇੱਕ ਬੰਦਾ ਲੱਖਾਂ ਵਰਗਾ ਲੱਗਦਾ ਜੀ, ਇੱਕ ਜਾਣਾ ਵਾਪਸ ਮੁੜਦਾ ਅਤੇ ਕਰੋੜਾਂ ਦਾ ਘਾਟਾ ਪੈਂਦਾ ਜੀ। ਅਤੇ ਕਿਰਪਾ ਕਰਕੇ ਜਿਹੜੇ ਘਰ ਬੈਠੇ ਨੇ ਇਹਨਾਂ ਦਾ ਵੀ ਕਿਹੜਾ ਵੀ ਮਤਲਬ ਉਹਨਾਂ ਸਾਡਾ ਬਰਾਬਰ ਇੰਟਰਸਟ ਆ ਸਾਰਿਆਂ ਦਾ। ਇਹ ਬਾਈ ਹੁਣੀ ਕਦਮ ਦਾ ਝੰਡਾ ਚੁੱਕਿਆ ਇਹਨਾਂ ਨੇ ਪੰਜਾਬੀ ਭਾਸ਼ਾ ਦਾ, ਕੱਲ੍ਹ ਹੀ ਚੁੱਕਿਆ ਇਹਨਾਂ ਨੇ, ਕੋਈ ਤਨਖਾਹ ਲਾਤੀ ਸਰਕਾਰ ਨੇ ਜਾਂ ਹੀ ਫੰਡ ਕਰਦੇ ਇਹਨਾਂ ਨੂੰ, ਸਾਡੇ ਲਈ ਚੱਕਿਆ। ਜੇ ਅੱਜ ਸੰਘਰਸ਼ ਦਾ ਗਾੜੀ ਲੀਡ ਕਰ ਰਹੇ ਨੇ ਤਾਂ ਇਸੇ ਲਈ ਕਰ ਰਹੇ ਨੇ ਕਿ ਸਾਡਾ ਕੁਛ ਬਾਜੇ। ਬਿਲਕੁਲ ਸਹੀ ਗੱਲ ਆ, ਮੈਂ ਇਹਨਾਂ ਨੂੰ ਸੁਣਦਾ, ਜੇ ਅੱਜ ਅਸੀਂ ਵਾਪਸ ਮੁੜ ਗਏ ਖਾਲੀ ਹੱਥ ਤਾਂ ਸਮਝ ਲਓ ਵੀ ਮਤਲਬ ਦੂਜੀ ਕੋਈ ਰਾਏ ਨਹੀਂ ਜੇ ਹੈਗੀ। ਫਿਰ ਇਹ ਨਾ ਸਮਝਿਓ ਵੀ ਕੱਲ੍ਹ ਨੂੰ ਅਸੀਂ ਐਂ ਕਰ ਲਾਂਗੇ, ਕੱਲ੍ਹ ਨੂੰ ਕਾਨੂੰਨ ਬਦਲਾ ਲਾਂਗੇ, ਕੱਲ੍ਹ ਨੂੰ ਸਰਕਾਰ ਉਹ ਕੁਛ ਕਰ ਜੂਗੀ, ਨਾ ਬਿਲਕੁਲ ਨਹੀਂ ਜੇ ਕੁਛ ਹੋਣਾ, ਕਿਉਂਕਿ ਅੱਜ ਤੁਸੀਂ ਇਹਨਾਂ ਨੂੰ ਆਪਣਾ ਪ੍ਰਦਰਸ਼ਨ ਕਰਾਉਣ ਆਏ ਜੀ। ਜੇ ਅੱਜ ਨਾ ਹੋਇਆ ਤੇ ਆਪਣਾ ਫਿਰ ਸਭ, ਇਸ ਲਈ ਮੇਰਾ ਸਾਰਿਆਂ ਨੂੰ ਇਹੀ ਬੇਨਤੀ ਆ ਬਾਈ ਦੀਆਂ ਗੱਲਾਂ ਨੂੰ ਫੋਲੋ ਕਰਕੇ ਕੋਈ ਮਿਸਗਾਈਡ ਨਾ ਹੋਇਓ ਕਿ ਜਿਹੜਾ ਸੰਘਰਸ਼ ਆ ਇਹਨੂੰ ਕੁਛ ਖੱਟ ਕੇ ਆਪਾਂ ਜਾਣਾ, ਆਪਾਂ ਵਾਪਸ ਨਹੀਂ ਜਾਣਾ। ਇੱਕ ਲਾਸਟ ਗੱਲ, ਮੋਦੀ ਨੇ ਲਾਈਟਾਂ ਤੱਕ ਬੰਦ ਕਰਤੀਆਂ, ਲਾਈਟਾਂ ਤੱਕ ਬੰਦ ਕਰਤੀਆਂ। ਪੰਜਾਬ ਵਾਲੇ ਤਾਂ ਲੰਗਰ ਲੈ ਕੇ ਆ ਗਏ, ਜਿੰਨੀਆਂ ਸਾਡੀਆਂ ਟਰੈਕਟਰ 'ਚ ਬੈਠਦੀਆਂ ਅਸੀਂ ਤਾਂ 2-3 ਸਟਿੱਟ ਦੀਆਂ ਲਾਈਟਾਂ ਉੱਦਾਂ ਹੀ ਜਗਾ ਸਕਦੇ ਹਾਂ, ਠੀਕ ਆ। ਕਿਤੇ ਭੁਲੇਖੇ ਰਹੇ ਲਾਈਟਾਂ, ਅਸੀਂ ਇਹਨੇ ਆਹ ਬੰਦ ਕੀਤੀਆਂ, ਚਾਰ ਅਸੀਂ ਦਿੱਲੀ ਬੰਦ ਕਰਕੇ ਜਾਵਾਂਗੇ ਜੇ ਫਿਰ ਇਹ ਗੱਲ 'ਤੇ ਆ। ਸਾਰੇ ਚੈਨਲ ਵਾਲਿਆਂ ਨੂੰ ਬੇਨਤੀ ਕਰਦੇ ਆ, ਸਾਰੇ ਪੇਜਾਂ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਉਹਨੂੰ ਵਿੱਚੋਂ ਕੱਟ ਕੇ, ਕਿਉਂਕਿ ਜਦੋਂ ਜਿਆਦਾ ਲੰਬਾ ਲਾਈਵ ਚਲਿਆ ਜਾਂਦਾ ਨਾ ਉਹਨੂੰ ਕਿਤੇ ਨਾ ਕਿਤੇ ਬਾਈ ਇੰਟਰਸਟ ਨਾਲ ਦੇਖਦੇ ਨੇ ਲੋਕ ਵੀ ਬਹੁਤ ਲੰਬੀ ਗੱਲਬਾਤ ਆ। ਇਸ ਕਰਕੇ ਮੈਂ ਜ਼ਿਆਦਾ ਗੱਲਾਂ ਨਹੀਂ ਕਹਿੰਦਾ, ਮੈਂ ਇੱਕੋ ਹੀ ਲਾਸਟ 'ਤੇ ਸੁਨੇਹਾ ਦਿੰਦਾ, ਜਿੰਨੇ ਭਰਾ ਦੇਖਦੇ ਹੋਣ ਕੋਈ ਪੇਜਾਂ ਵਾਲੇ ਕੋਈ ਚੈਨਲ ਵਾਲੇ, ਉਹ ਬਾਈ ਦੀ ਇੱਕ ਗੱਲ ਆ ਜਿਹੜੀ ਬਾਹਰਲੇ ਪੈਸੇ ਬਾਰੇ ਕਹੀ ਆ, ਬਾਹਰਲੇ ਪੈਸੇ ਆਉਣ ਬਾਰੇ ਫੰਡ ਬਾਰੇ ਕਹੀ ਆ ਨਾ, ਉਹਨੂੰ ਚੱਕ ਲਿਓ, ਉਹਨੂੰ ਕੱਟ ਕੇ ਸਾਰੇ ਪੇਜਾਂ 'ਤੇ ਵਾਇਰਲ ਕਰ ਦਿਓ ਬਾਈ, ਜਿਉਂਦੇ ਵਸਦੇ ਰਹੋ। ਬਹੁਤ ਇੱਕ ਸਵਾਲ ਇਹ ਆ ਬਾਈ ਵੀ ਤੁਸੀਂ ਪੈਸੇ ਨਾ ਭੇਜੋ ਰਾਸ਼ਨ ਬਾਰੇ, ਵੀ ਰਾਸ਼ਨ ਭੇਜੋ ਇਹ ਗੱਲ ਆ। ਇਹ ਆਪਾਂ ਕਹਿੰਦੇ ਆ ਦੇਖੋ ਇਹ ਇੱਥੇ ਰਾਸ਼ਨ ਦੀ ਲੋੜ ਹੈਗੀ ਆ, ਇੱਥੇ ਹੋਰ ਮਤਲਬ ਕਿ ਮੰਨ ਲਓ ਵੀ ਲੀੜੇ ਕੱਪੜੇ ਦੀ ਲੋੜ ਆ, ਕਿਸੇ ਮਿਸਤਰੀਆਂ ਦੀ ਲੋੜ ਆ, ਜਿਸ ਤਰ੍ਹਾਂ ਦੀ ਵੀ ਲੋੜ ਆ,
ਤਾਂ ਉਸ ਹਿਸਾਬ ਦੇ ਨਾਲ ਮੇਰਾ ਵੀ ਤੁਸੀਂ ਉਸ ਚੀਜ਼ ਨੂੰ ਦੇਖ ਕੇ ਆਪਣੇ ਯਾਰ, ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਬੰਦੇ ਦੀ ਡਿਊਟੀ ਲਾਓ ਵੀ ਆਹ ਭਾਈ ਤੁਹਾਨੂੰ ਅਸੀਂ ਪੈਸੇ ਭੇਜਦੇ ਹਾਂ, ਤੁਹਾਡਾ ਆਪਣਾ ਖਾਸ ਬੰਦਾ ਹੋਵੇ ਜਿਹੜੀ ਚੀਜ਼ ਦੀ ਉੱਥੇ ਲੋੜ ਹੋਵੇ, ਹਾਂ ਵੀ ਉਸ ਚੀਜ਼ ਨੂੰ ਲੈ ਕੇ ਦੇ ਕੇ ਆਓ। ਤਾਂ ਮੈਂ ਕਹਿੰਦਾ ਵੀ ਇਹੀ ਮੈਂ ਕਹਿੰਦਾ ਦੇਖਿਓ ਯਾਰ ਤੁਸੀਂ, ਫਿਰ ਨਾ ਬੰਦਾ ਜਦੋਂ ਠੱਗਿਆ ਜਾਂਦਾ ਉਦੋਂ ਬਾਅਦ ਸਤਾਉਂਦਾ ਕਿ ਯਾਰ ਮੇਰਾ ਤਾਂ ਪੈਸਾ, ਮੈਂ ਆਪਦਾ ਤਿਲ ਪੁਰ ਦੀ ਕਮਾਈ ਜਿਹੜੀ ਹੈ ਨਾ, ਮਿਹਨਤ ਦੀ ਕਮਾਈ ਆ, ਉਹ ਮੈਂ ਭੇਜੀ ਆ ਤਾਂ ਸਹੀ ਜਗ੍ਹਾ ਪਹੁੰਚੀ ਨਹੀਂ। ਤਾਂ ਇਸ ਕਰਕੇ ਮੇਰਾ ਵੀਰ ਬੇਨਤੀ ਆ ਕਿ ਹੁਣ ਇਹ ਗੱਲ ਅਸੀਂ ਖਾਸ ਸਾਡੇ ਕਈ ਦਿਨਾਂ ਦੇ ਵਿੱਚ, ਦੋ ਤਿੰਨ ਦਿਨ ਹੋ ਗਏ ਧਿਆਨ 'ਚ ਆ ਰਹੀ ਆ, ਫੋਨ ਵੀ ਆਏ ਅੱਜ ਜ਼ਿਆਦਾ ਫੋਨ ਆਏ, ਜਾਂ ਸਾਡੇ ਕੋਲ ਇਹ ਮੁੰਡਿਆਂ ਨੇ ਭੇਜਣਾ ਸ਼ੁਰੂ ਕੀਤਾ ਕਿ ਬਾਈ ਉੱਥੇ ਅਕਾਊਂਟ ਬਣਨੇ ਸ਼ੁਰੂ ਹੋਏ ਨੇ, ਖਾਤੇ ਖੁੱਲ੍ਹਣੇ ਸ਼ੁਰੂ ਹੋਏ ਨੇ, ਨਵੇਂ ਪੇਜ ਬਣ ਗਏ ਕਿਸਾਨਾਂ ਦੇ ਨਾਂ 'ਤੇ, ਉਹਨਾਂ ਨੇ ਕਹਿਣਾ ਅਸੀਂ ਉੱਥੇ ਭੇਜਣੇ ਆ। ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਮੇਰਾ ਵੀਰ ਇਹੋ ਜਿਹਾ ਕੰਮ